ਨੈਕਸਟ ਡੇ ਨਾਸ਼ਤਾ ਰੈਡੀ ਹੋ ਰਿਹਾ ਤੇ ਸਮਰਾ ਲੱਗੀ ਹੈ ਚਾਹ ਬਣਾਉਣ ਅੱਜ ਨਾਸ਼ਤਾ ਬਣ ਰਿਹਾ ਜੀ ਤੇ ਹੁਣ ਆਈ ਵਾਸ ਨੀਅਰਲੀ ਬਲੋਇੰਗ ਅੰਡੇ ਰੱਖ ਲਓ ਸਮਰਾ ਵਾਂਟਸ ਯੂ ਟੂ ਸੇ ਸਮਥਿੰਗ ਸਮਰਾ ਕਹਿ ਰਹੀ ਹੈ ਮੈਨੂੰ ਕੁਝ ਕਹਿਣਾ ਹੈ ਕਿਆ ਕਹਿਣਾ ਹੈ ਸਮਰਾ ਅੱਜ ਸਮਰਾ ਚਾਹ ਬਣਾਉਣ ਦਾ You know, Flophouse was closed for like maybe forever. You know why? Because no, forever. It was open, but we didn't really? Yes. But Daddy said maybe forever when it was still closed. And then when it was not opened, like when it was still opened a long time ago, I mean, it was 2024, there was a little person. A little boy he was sick he went to flip out and did a backflip and he died and that's why it was closed for that long chota bachcha ek flip out ch ਫੋਟ ਹੋਇਆ that's why she never ਤੋਂ ਫਿਰ ਉਹਨਾਂ ਨੇ ਫਲਿਪ ਆਊਟ ਬੰਦ ਕੀਤੀ ਸੀ ਤੇ ਹੁਣ ਖੋਲ ਦਿੱਤੀ ਨੇ ਮਹੀਨਾ ਬੰਦ ਕੀਤੀ ਰੱਖੀ ਨੇ ਤੇ ਐਵੇਂ ਪੈਸੇ ਮਹੀਨੇ ਦੇ ਸਾਰੇ ਅਸੀਂ ਕੈਨਸਲ ਫਿਰ ਕਰ ਛੜੀ that's why ਐਸੇ ਤਾਂ ਸਕੂਲ ਸਟਾਰਟ ਹੋ ਗਏ ਨੇ ਤੇ ਜਾਣ ਤੇ ਹੋਇਆ ਹੀ ਕੋਈ ਨਹੀਂ ਦੋ ਮਹੀਨੇ ਹੋ ਗਏ ਦੋ ਮਹੀਨੇ ਦੇ ਪੈਸੇ ਫਜ਼ੂਲ ਜ਼ਾਇਆ ਹੋਏ that's why you should never go to flip out when you're sick ਹੁਣ ਵੈਸੇ ਖੋਲ ਦਿੱਤੀ ਨੇ ਆਹ ਦਿਨ ਪੇ ਖੋਲ ਦਿੱਤੀ ਹੈ ਪਰ ਜਾਣ ਵੀ ਨਹੀਂ ਨਾ ਹੁੰਦਾ ਬੱਚੇ ਸਕੂਲ ਜਾਂਦੇ ਨੇ ਫਿਰ ਚਲੋ ਮੈਂ ਆਪਕੋ ਵੀ ਚਾਹ ਦੂੰਗੀ ਅੱਜ ਰਮੇਸਾ ਕੋ ਵੀ ਦੂੰਗੀ ਰਮੇਸਾ ਵੀ ਠੀਕ ਹੋਈ ਹੈ ਅੱਲਾ ਕਰੇ ਥੋੜ੍ਹੀ ਹੋਈ ਹੈ ਵੈਸੇ ਬੈਟਰ ਸਾਰੇ ਬਿਮਾਰ ਹੋਏ ਆ I'm good to help the doy. ਅੱਛਾ ਜੀ ਮੈਨੂੰ ਨਾ ਸਾਰਿਆਂ ਨੇ ਇਹ ਦੱਸਣਾ ਕਿ ਇਸ ਤਰ੍ਹਾਂ ਕਦੀ ਕਿਸੇ ਨਾਲ ਹੋਇਆ ਮੇਰੇ ਨਾਲ ਤਾਂ ਪਹਿਲੇ ਵੀ ਹੋਇਆ ਅਤੇ ਅੱਜ ਫਿਰ ਮੈਂ ਜਿਹੜੀ ਚੀਜ਼ ਰੱਖਾਂ ਤਾਂ ਗਾਇਬ ਹੋਈ ਹੈ ਜਿਹੜੀ ਚੀਜ਼ ਰੱਖਾਂ ਗਾਇਬ ਸਮਝ ਹੀ ਨਹੀਂ ਸੀ ਆਂਡੀ ਜਾਂਦੀਆਂ ਕਿੱਧਰ ਪਈਆਂ ਅਤੇ ਮੈਂ ਨਾ ਫਿਰ ਅੱਜ ਮੈਂ ਬੈਗ 'ਚ ਇੱਕ ਦਿਨ ਹੱਥ ਮਾਰਿਆ ਅਤੇ ਥੋੜ੍ਹਾ ਜਿਹਾ ਨਾ ਪੋਕਿਟ 'ਚ ਸੁਰਾਹ ਹੋਇਆ ਸੀ ਇਸ ਤਰ੍ਹਾਂ ਤਾਂ ਉਹ ਜਿਹੜੇ ਜੋ ਕੁਛ ਰੱਖਾਂ ਦੇ ਵਿੱਚ ਨਿਕਲ ਜਾਇਆ ਕਰੇ ਇੱਕ ਦਿਨ ਅੱਗੇ ਵੀ ਮੈਂ ਸਫਾਈ ਕੀਤੀ ਵਿੱਚੋਂ ਕੱਢਿਆ ਸਾਰਾ ਕੁਛ ਅਤੇ ਮੈਂ ਸਿਲਾਈ ਕਰਾਂਗੀ ਤਾਂ ਕੋਈ ਵੀ ਨਾ ਕੀਤਾ ਬਾਹਰ ਹਰ ਕੋਈ ਆਇਆ ਅਤੇ ਫਿਰ ਕੱਢੋ ਕੱਢ ਲੱਗੀ ਹਾਂ ਅਤੇ ਇੰਨੇ ਕੋਇਨ ਸਾਰੇ ਥੱਲੇ ਡੁੱਬੇ ਸਨ ਇੰਨੀਆਂ ਵਿੱਚ ਪੌਂਡ ਨਿਕਲੇ ਨੇ ਪੈਸੇ ਨਿਕਲੇ ਨੇ ਪੌਂਡ ਮਤਲਬ ਪੈਨੀਆਂ ਨਿਕਲੀਆਂ ਨੇ ਹੁਣ ਮੈਂ ਸਹੀ ਤਰ੍ਹਾਂ ਚੈੱਕ ਕਰ ਲਾਂ ਫਿਰ ਇਹਨੂੰ ਸਿਲਾਈ ਕਰਾਂ ਇਹ ਨਾ ਹੋਏ ਹੋਰ ਵੀ ਚੀਜ਼ਾਂ ਗਾਇਬ ਹੁੰਦੀਆਂ ਹੋਣ ਵਿੱਚ ਉੱਥੇ ਨਹੀਂ ਕੁਛ ਵੀ ਲੱਗਣ ਡਿਆ ਅੱਛਾ ਜੀ ਦੂਸਰੀ ਪੋਕਟ ਵੀ ਔਰ ਮੈਂ ਬੈਗ ਦੀ ਸਫਾਈ ਕਰਾਂ ਇਹਦੇ 'ਚ ਕੀ ਖਲਾਰਾ ਪਿਆ ਅਤੇ ਐਕਸਟਰਾ ਚੀਜ਼ਾਂ ਨੇ ਜਿਹੜੀਆਂ ਉਹ ਸੱਟਾਂ ਜੋ ਮਰਜ਼ੀ ਮੈਂ ਵਿੱਚ ਰੱਖਿਆ ਹੁੰਦਾ ਜੋ ਆਉਂਦਾ ਵਿੱਚ ਸੱਟ ਛੱਡਣੀ ਆ ਅਤੇ ਯੂਜ਼ ਕੋਈ ਵੀ ਨਹੀਂ ਕਰਦੀ ਸਾਰਾ ਕੁਛ ਹੀ ਬਾਹਰ ਕੱਢਾਂ ਓਏ ਹੋਏ ਰਸੀਦਾਂ ਨੇ ਜਦੋਂ ਕਿਧਰੇ ਜਾਣਾ ਹੁੰਦਾ ਜਲਦੀ ਨਾਲ ਇੰਝ ਚੁੱਕ ਕੇ ਲੈ ਜਾਂਦੀ ਹਾਂ ਹੈਂਡ ਵਾਸ਼ ਉਹ ਹੈਂਡ ਕਰੀਮ ਮੈਂ ਗਲਾਸਿਸ ਬਣਵਾਏ ਅਤੇ ਉਹਨਾਂ ਨੇ ਮੈਨੂੰ ਚਾਰਜ ਕਰ ਦਿੱਤਾ 83 pounds 40 pence ਪਤਾ ਨਹੀਂ ਕਿਉਂ ਚਾਰਜ ਕਰ ਗਏ ਨੇ ਪਹਿਲੇ ਕਦੀ ਵੀ ਨਹੀਂ ਹੋਈਆਂ ਅਤੇ ਫਸਟ ਟਾਈਮ ਹੋਇਆ ਮੇਰੇ ਨਾਲ
ਫਿਰ ਮੈਨੂੰ ਪੇ ਕਰਨੇ ਪਏ ਨੇ, ਤੇ ਇਹ ਨਹੀਂ ਹੁਣ ਪਤਾ ਕਾਹਦੇ ਤੋਂ ਕੀਤਾ ਉਹਨਾਂ ਨੇ, ਦੱਸਣ ਹੀ ਨਹੀਂ ਲੱਗੇ, ਆਖਦੇ ਨੇ ਤੁਹਾਨੂੰ ਪੇ ਕਰਨੇ ਪੈਣੇ। ਅਤੇ ਡਿਸ਼ ਵਾਸ਼ਰ ਲਿਆ ਸੀ ਅਤੇ ਉਹਦੀ ਰਸੀਦ ਖਰਾਬ ਹੋ ਗਿਆ ਸੀ ਅਤੇ ਵਾਪਸ ਹੋ ਗਿਆ, ਤਾਂ ਹੁਣ ਇਹ ਰਸੀਦ ਵੀ ਸੱਟਾਂ। ਅਤੇ ਨਿਕਲੇ ਨੇ ਪੌਂਡ ਵਿੱਚੋਂ 5 ਪੌਂਡ ਕਾਰਡ, ਅਰਗਸ ਕਾਰਡ, ਓਏ ਹੋਏ ਸਾਰਾ ਕੁਛ ਖਿਚੜੀ ਬਣੀ ਹੈ। ਵਾਹ, 20 ਪੌਂਡ ਹੋਰ ਨਿਕਲ ਆਏ, ਪੈਨੀਆਂ ਨੇ ਅਤੇ ਪੌਂਡ ਨੇ। ਪੈਰਾਸੀਟਾਮੋਲ ਮੈਂ ਸੀ ਖਤਮ ਹੋ ਗਈ ਹੈ, ਪਰ ਹੋਰ ਨਿਕਲ ਆਇਆ, ਹਾਂ 10 ਪੌਂਡ ਹੋਰ ਨਿਕਲ ਆਏ, 35 ਪੌਂਡ ਹੋ ਗਏ। ਅੱਛਾ ਜੀ, ਵਾਹ, ਨੇਲ ਕਟਰ ਬਹੁਤ ਕੁਛ ਹੀ, ਬਾਕੀ ਰਸੀਦਾਂ ਨੇ ਸੱਟਾਂਗੀ। ਅੱਜ ਪਰਸ ਦੀ ਸਫਾਈ ਕਰੀਏ, ਹੋਰ ਵੀ ਵਿੱਚ ਹੋਣ ਸ਼ਾਇਦ ਪੈਸੇ, ਸਾਰਾ ਕੁਛ ਖਾਲੀ ਕਰ ਦਿੱਤਾ ਮੈਂ। ਹੋਰ ਇੱਕ ਲਿਪ ਬਾਮ, ਸਵੀਟੀਆਂ ਰੱਖੀਆਂ ਸਨ, ਚੋਕਲੇਟਾਂ 2 ਲੱਭ ਵੀ ਗਈਆਂ, ਅਤੇ ਖਾਂਸੀ ਵਾਲੀਆਂ ਰੱਖੀਆਂ ਸਨ, ਇੱਕ ਲਿਪ ਪਿੰਨਾ ਐਕਸਟਰਾ ਵਿੱਚ। ਉਫ ਕੀ ਕੀ ਗੰਦ ਬਲਾ, ਇਹ ਤੋਂ ਬਾਅਦ ਨੇਲ ਕਟਰ ਇੱਕ ਹੋਰ ਨਿਕਲ ਆਇਆ, ਇੰਨੀ ਕੀ ਕਰਨਾ ਡੀਓਜ਼ਰ ਵੀ, ਲਿਪਸਟਿਕ ਵੀ, ਇਹ ਵੀ ਜ਼ਰੂਰਤ ਨਹੀਂ। ਓਹੋ, ਇਤਨਾ ਖਲਾਰਾ, ਇਹ ਇਹਨਾਂ ਦਾ ਮਸਜਿਦ ਦਾ ਟਾਈਮ ਟੇਬਲ ਹੈ, ਇਹਨੂੰ ਵੀ ਕੱਟਾ। ਅਤੇ ਪੈਸੇ ਮੈਨੂੰ ਲੱਗਦਾ ਬਸ ਇਹੀ 35 ਪੌਂਡ ਹੀ ਨੇ, ਹੋਰ ਕੋਈ ਨਹੀਂ। ਇਹਨਾਂ ਨੇ ਕੁੜੀਆਂ ਨੇ ਦਿੱਤੇ ਨੇ ਫਲਸਤੀਨ ਦੀ ਚੈਰਿਟੀ ਵਾਸਤੇ, ਅੱਜ ਅਸੀਂ ਜਾਣਾ ਫਲਸਤੀਨ ਦੀ ਚੈਰਿਟੀ ਵਾਸਤੇ ਮੋਸਕ ਵਿੱਚ ਇਨਸ਼ਾਅੱਲਾ। ਬਸ ਹੁਣ ਰੈਡੀ ਹੋਣ ਲੱਗੇ ਹਾਂ, ਅਤੇ ਮੈਂ ਕਿਹਾ ਉਸ ਤੋਂ ਪਹਿਲੇ ਮੈਂ ਪੈਸੇ ਵੇਖਾਂ ਕਿੱਧਰ ਕਿੰਨੇ ਨੇ ਮੇਰੇ ਕੋਲ, ਐਕਸਟਰਾ ਚੀਜ਼ਾਂ ਨਾਲੇ ਸੱਟਾਂ, ਇੰਨਾ ਕਲਾਰ ਮਸਤ ਵੀ ਹੈ, 3 ਸੈੱਟ ਹੋਣ ਲਈ ਜ਼ੁਕਾਮ ਦੀ ਵਜ੍ਹਾ ਤੋਂ ਸ਼ੀਸ਼ਾ ਨਿਕਲ ਆਇਆ ਵਿੱਚੋਂ। ਹੁਣ ਮੈਂ ਆਪਣਾ ਬੈਗ ਟਾਈਡੀ ਅਪ ਕਰ ਲਾਂ, ਐਕਸਟਰਾ ਕੱਢਾਂ ਵਿੱਚੋਂ ਚੀਜ਼ਾਂ, ਅਤੇ ਫਿਰ ਰੈਡੀ ਹੋਈਏ ਜਾਣ ਵਾਸਤੇ। ਬੱਚੇ ਵੀ ਜਾਣਗੇ ਉੱਥੇ, ਉੱਥੇ ਸਟੋਲ ਲਾਣਗੇ, ਖਾਣਾ ਪੀਣਾ ਬਾਏ ਕਰੋ ਸਾਰਾ ਕੁਛ, ਅਤੇ ਉਹ ਫਿਰ ਸਾਰਾ ਫੰਡਿੰਗ ਹੋਏਗੀ, ਚੈਰਿਟੀ ਹੋਏਗੀ। ਫਿਰ ਵਿੱਚੋਂ ਕੁਛ ਖਾ ਪੀ ਲਵਾਂਗੇ, ਅਤੇ ਕੁਛ ਬਾਕੀ ਕੁੜੀਆਂ ਨੇ ਮੇਰਾ ਖਿਆਲ ਹੈ ਜ਼ਿਆਦਾ ਦਿੱਤੇ ਸਨ, ਅਤੇ ਵਿੱਚੋਂ ਮੈਂ ਖਰਚ ਕਰ ਗਈ ਹਾਂ, ਕੋਲੋਂ ਪਾਉਣੇ ਪੈਣੇ ਨੇ ਪੈਸੇ। ਬੱਚਿਆਂ ਨੂੰ ਵੈਸੇ ਇਹਨਾਂ ਕੰਮਾਂ ਦਾ ਨਾ ਥੋੜ੍ਹਾ ਦੱਸਣਾ ਚਾਹੀਦਾ, ਕਿਸੇ ਦੀ ਹੈਲਪ ਕਰਨ ਵਾਸਤੇ ਬੱਚਿਆਂ ਨੂੰ ਪੋਕਿਟ ਮਨੀ ਦਿਓ, ਅਤੇ ਫਿਰ ਉਹਨਾਂ ਨੂੰ ਕਹੋ ਕਿ ਉਹਦੇ ਵਿੱਚੋਂ ਹੁਣ ਤੁਸੀਂ ਚੈਰਿਟੀ ਕਰੋ, ਜਾਂ ਕਿਸੇ ਦੀ ਹੈਲਪ ਵਾਸਤੇ ਦਿਓ। ਉਹ ਫਿਰ ਬੱਚੇ ਆਪਣੀ ਮਰਜ਼ੀ ਨਾਲ, ਮੇਰੀਆਂ ਤਾਂ ਕੁੜੀਆਂ ਮਾਸ਼ਾ ਅੱਲਾ, ਪਰ ਅਸੀਂ ਵਿਹਲਾ ਕਰਕੇ ਫੜਾ ਦਿੰਦੀਆਂ, ਮਾਮਾ ਜਿੰਨੇ ਹੈ ਸਾਰੇ ਲੈ ਲੈ, ਹੁਣ ਉਸ ਦਿਨ ਜਿੰਨੇ ਜਿੰਨੇ ਹੈ ਸੀ ਸਾਰੇ ਦੇ ਗਈਆਂ ਨੇ, ਅਤੇ ਹੁਣ ਆਖਦੀਆਂ ਨੇ ਪਈਆਂ ਕਿ ਹੁਣ ਥੋੜ੍ਹੇ ਹੋਰ ਦੇ ਦਿਓ ਸਾਨੂੰ, ਸਾਡੇ ਪਰਸ ਖਾਲੀ ਹੋ ਗਏ ਨੇ। ਮੈਂ ਹੁਣ ਇਹ ਵਾਲੇ ਤਾਂ ਪਹਿਲੇ ਉੱਧਰ ਦੇ ਕੇ ਆਈ ਹੈ ਨਾ, ਅਤੇ ਫਿਰ ਜਿਹੜਾ ਨਾ ਹੋਰ ਮਿਲਣਗੇ ਤੁਹਾਨੂੰ। ਅਤੇ ਬੱਚਿਆਂ ਨੂੰ ਇਹ ਚੀਜ਼ਾਂ ਜ਼ਰੂਰ ਦੱਸਣੀਆਂ ਚਾਹੀਦੀਆਂ ਨੇ, ਕਿਸੇ ਦੀ ਹੈਲਪ ਕਰਨੀ ਹੋਏ, ਕੁਛ ਵੀ ਕਰਨਾ ਹੋਏ, ਅਤੇ ਉਹਨਾਂ ਨੂੰ ਪਹਿਲੇ ਪੋਕਿਟ ਮਨੀ ਦਿਓ, ਪੋਕਿਟ ਮਨੀ ਵੀ ਜ਼ਰੂਰ ਦੇਣੀ ਚਾਹੀਦੀ ਹੈ ਬੱਚਿਆਂ ਨੂੰ, ਤਾਂ ਕਿ ਫਿਰ ਉਹਨਾਂ ਨੂੰ ਪਤਾ ਲੱਗੇ ਕਿ ਪੋਕਿਟ ਮਨੀ ਅਸੀਂ ਕਿਸ ਤਰ੍ਹਾਂ ਸਪੈਂਡ ਕਰਨੀ ਹੈ, ਅਤੇ ਉਹਦੇ ਵਿੱਚੋਂ ਜੇ ਕੋਈ ਜ਼ਰੂਰਤਮੰਦ ਹੈ ਤਾਂ ਉਹਨੂੰ ਕਿਸ ਤਰ੍ਹਾਂ ਦੇਣੇ। ਅਤੇ ਮੈਨੂੰ ਲੱਗਦਾ ਕਾਰਡ ਵੀ ਮੈਂ ਇੰਨੇ ਇਕੱਠੇ ਕੀਤੇ ਨੇ, ਤੋ ਬੈਂਕ ਕਾਰਡ, ਆਰਕੋਜ਼ ਕਾਰਡ,
ਕਿਹੜੇ ਕਿਹੜੇ ਕਾਰਡ ਨੇ? ਦੋ ਤਾਂ ਮੇਰੇ ਬੈਂਕ ਕਾਰਡ ਨੇ, ਲਾਇਬ੍ਰੇਰੀ ਕਾਰਡ, ਡਰਾਈਵਿੰਗ ਲਾਇਸੈਂਸ, ਸਾਰਾ ਕੁਛ। ਚਲੋ ਜੀ ਹੁਣ ਅਸੀਂ ਰੈਡੀ ਹੋਈਏ, ਉੱਠੀਏ, ਬੱਚਿਆਂ ਨੂੰ ਵੀ ਰੈਡੀ ਕਰਨਾ। ਮੈਂ ਵੀ ਲੇਟੀ ਸਾ, ਮੇਰੀ ਤਬੀਅਤ ਨਹੀਂ ਠੀਕ ਸੀ ਅਤੇ ਮੈਂ ਕਿਹਾ ਰੈਸਟ ਕਰਕੇ ਫਿਰ ਜਾਵਾਂ। ਓਕੇ ਅਸੀਂ ਜਾ ਰਹੇ ਹਾਂ ਇਨਸ਼ਾ ਅੱਲਾਹ ਚੈਰਟੀ ਸ਼ੋਪ, ਉਹ ਚੈਰਟੀ ਵਾਸਤੇ, ਅਤੇ ਇਹਨਾਂ ਦਾ ਕੰਪਿਊਟਰ ਹੋ ਗਿਆ ਖਰਾਬ ਅਤੇ ਉਹਦੇ ਵਾਸਤੇ ਚੱਲੇ। ਚਲੋ ਚਲੋ ਸਮਰਾ ਵੀ ਖਾ ਰਹੀ ਹੈ। ਵੈਰੀ ਗੁੱਡ।